ਯਾਰ ਸਾਡੀ ਰਸੋਈ 'ਚ ਨਾ ਇੱਕ ਚੂਹੀ ਆ, ਉਹ ਕਦੀ ਮੈਨੂੰ ਵੇਖ ਕੇ ਲੁਕ ਜਾਂਦੀ ਅਤੇ ਕਦੀ ਮੈਂ ਉਹਨੂੰ। ਮੈਨੂੰ ਸਾਲਾ ਸਮਝ ਨਹੀਂ ਆਉਂਦਾ, ਕਿਤੇ ਅਸੀਂ ਇੱਕ ਦੂਜੇ ਨੂੰ ਪਿਆਰ ਤਾਂ ਨਹੀਂ ਕਰਦੇ? ਆਪਣੇ ਪਿੰਡ ਦੀ ਕੁੜੀ ਨੇਵੀ 'ਚ ਭਰਤੀ ਹੋ ਗਈ ਆ। ਨੇਵੀ 'ਚ ਭਰਤੀ ਹੋ ਗਈ? ਉਹ ਕਿਹੜੀ ਭਰਤੀ ਹੁੰਦੀ ਹੈ? ਆਹ ਪਾਣੀ ਵਾਲੇ ਜਹਾਜ਼ ਜਿਹੜੇ ਹੁੰਦੇ। ਅੱਛਾ, ਪਾਣੀ ਵਾਲੇ ਜਹਾਜ਼। ਚੱਲ ਉਹਨਾਂ ਨੂੰ ਕਹਿ ਯਾਰ, ਉਹਨਾਂ ਤੱਕ ਪਾਣੀ 'ਚ ਚਲਾਓ ਅਤੇ ਗਾਹ ਮਿੱਟੀ ਪਵਾ ਦਾਂਗੇ। ਇੱਕਦਮ ਇਹਨੂੰ ਵਕਤ ਬਦਲਦੀ ਹੈ ਜਜ਼ਬਾਤ। ਉਹ ਪੰਡਤਾ, ਹਾਂਜੀ, ਉਹ ਸਾਹਮਣੇ ਘਰ ਕੁੜੀ ਨਹੀਂ ਆਈ ਨਵੀਂ ਜਿਹੜੀ? ਹਾਂਜੀ। ਉਹ ਤੇਰੇ ਭਰਾ ਨਾਲ ਸੈੱਟ ਹੋਣ ਡਈ ਆ। ਹਾਂਜੀ। ਅਤੇ ਉਹਨੂੰ ਕਿੱਧਰ ਨੰਬਰ ਫੜਾਈਏ? ਇਹ ਹੁਣ ਤੂੰ ਡਿਸਾਈਡ ਕਰ ਲਾ, ਛਿੱਤਰ ਕਿਹੜੇ ਵਾਰ ਖਾਣੇ ਆ। ਓਏ ਆਪਣਾ ਛੱਬਾ ਨਹੀਂ ਸੈਕਲਾ ਪੈਂਚਰ ਵਾਲਾ, ਉਹਦੀ ਗੁਰੂਆ 40 ਲੱਖ ਦੀ ਲਾਟਰੀ ਨਿਕਲੀ ਆ, ਉਹਦੇ ਤਾਂ ਨਜ਼ਾਰੇ ਆ ਹੁਣ ਬਸ। ਨਜ਼ਾਰੇ ਸੁਭਾਅ ਵਾ, ਲੋਨ ਤਾਂ ਹਲੇ ਵੀ ਪੈਂਚਰ ਹੀ ਦਿਆ। ਰਵੀ ਭਾ, ਚਾਹ ਬੜੀ ਸਵਾਦ ਆ। ਮੈਨੂੰ ਵੀ ਦੱਸ ਹਾਂ ਯਾਰ, ਮੈਂ ਵੀ ਲਵਾਉਣਾ ਦੁੱਧ। 60 ਰੁਪਏ ਕਿਲੋ ਲਿਆਈਦਾ। 60 ਰੁਪਏ? 2 ਕਿਲੋ ਲਿਆਈਦਾ। ਮਤਲਬ ਮਹੀਨੇ ਦਾ 3600 ਰੁਪਇਆ ਹੋ ਗਿਆ। ਔਖਾ ਹੋ ਜਾਣਾ ਫਿਰ ਯਾਰ। ਔਖਾ ਕਿ ਤੂੰ ਮਾਮਾ ਭਾਵੇਂ ਦੂਜੇ ਦਿਨ ਬੰਦ ਕਰਾ ਦੇ, 120 ਦੇ ਕੇ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ, ਗਰਮੀ ਆ ਗਈ ਆ ਅਤੇ ਕੱਲ੍ਹ ਇੱਕ ਪਰਿਵਾਰ ਗੱਡੀ ਦੇ ਵਿੱਚ ਨਿਕਲਿਆ ਅੰਮ੍ਰਿਤਸਰੋਂ, ਅਤੇ ਅਚਾਨਕ ਰਾਹ ਦੇ ਵਿੱਚ ਨਹਿਰ ਆਈ ਅਤੇ ਪੂਰਾ ਪਰਿਵਾਰ ਨਹਿਰ ਵੇਖ ਕੇ ਅਤੇ ਨਹਾਉਣ ਲੱਗ ਪਿਆ। ਅੱਜ ਤਾਂ ਨਾ ਗਰਮੀ ਬੜੀ ਪਈ ਹੈ ਗਗਨ, ਮੈਂ ਤਾਂ AC ਲਵਾ ਲਿਆ ਸੀ, ਹੁਣ ਤੂੰ ਵੀ ਲਵਾ ਲਾ। ਯਾਰ ਲਵਾਉਣ ਨੂੰ ਤਾਂ ਗਗਨ ਵੀ ਲਵਾ ਲਏ, ਪਰ ਇਹਨਾਂ ਦੇ ਟੱਬਰ 'ਚੋਂ ਇੱਕ ਜਣੇ ਨੂੰ ਨੀਂਦ ਨਹੀਂ ਆਉਣੀ। ਉਹ ਕਿਹਨੂੰ? ਜਿਹਨੇ ਬਿੱਲ ਤਾਰਨਾ। ਉਹ ਗਗਨ, ਆ DJ ਕਿੱਥੇ ਲੱਗਾ ਯਾਰ? ਆਹ ਨਾਲ ਦੀ ਗਲੀ 'ਚ। ਆਲਾ ਫਟ ਚਾਬੀ ਜਾਂ ਆਵਾਜ਼ ਘੱਟ ਕਰਾ ਗਿਆ। ਬਾ ਬਹਿ ਕੇ ਲੋੜ।